ਮੋਹਾਲੀ ਪੁਲਿਸ ਦੇ CIA ਸਟਾਫ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਮੈਂਬਰਾਂ ਨੂੰ ਲੁੱਟ ਖੋਹ ਕੀਤੇ ਹੋਏ ਬਾਣਾ ਸਮੇਤ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ SSP ਮੋਹਾਲੀ ਨੇ ਦੱਸਿਆ ਕਿ 22/6/2024 ਅਤੇ ਦੂਸਰੀ ਕਾਰ 24/6/2024 ਗਰੋਹ ਵੱਲੋਂ 2 ਗੱਡੀਆਂ ਸਨੈਚ ਕੀਤੀਆਂ ਗਈਆਂ ਸਨ। ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਰੋਹਿਤ ਸ਼ਰਮਾ ਵਾਸੀ ਬਠਿੰਡਾ, ਮਨਪ੍ਰੀਤ ਸਿੰਘ ਵਾਸੀ ਬਠਿੰਡਾ, ਹਰਮਨਦੀਪ ਸਿੰਘ ਵਾਸੀ ਬਠਿੰਡਾ ਅਤੇ ਜੁਗੇਸ਼ ਠਾਕੁਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਦੌਰਾਨ ਗ੍ਰਿਫਤਾਰੀ ਉਕਤ ਆਰੋਪੀਆਂ ਤੋਂ ਇੱਕ ਐਕਸੈਡ ਕਾਰ ਅਤੇ P ਨੰਬਰ ਹੁੰਡਾਈ ਦੀ ਅਤੇ ਕਾਰ ਅਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਅੱਜ 4 ਵਜੇ ਦੇ ਕਰੀਬ SSP ਮੋਹਾਲੀ ਨੇ ਪ੍ਰੈਸ ਕਾਨਫਰੰਸ ਕੀਤੀ ਗਈ। ਇੰਸੂਰੈਂਸ ਕਾਰ ਸਨੈਚਿੰਗ ਦੇ ਹੋਏ ਸੀਗੇ, ਇੱਕ 21 ਅਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀਗਾ ਅਤੇ ਇੱਕ 24 ਅਤੇ 25 ਜੂਨ ਦੀ ਦਰਮਿਆਨੀ ਰਾਤ ਨੂੰ। ਇਹ ਦੋਨਾਂ ਕੇਸਿਸ ਦੇ ਵਿੱਚ ਜਿਹੜੀ ਟੈਕਸੀ ਸੀਗੀ ਕਾਰ ਉਹ ਸਨੈਚ ਹੋਈ ਸੀਗੀ ਅਤੇ ਇਹ 'ਚ ਇਹਨਾਂ ਦੀ ਮੋਡਸ ਓਪਰੈਂਡੀ ਇਹ ਸੀਗੀ ਬੰਦਿਆਂ ਦੀ, ਇਹ 'ਚ 4 ਲੋਕ ਇਨਵੋਲਵ ਸੀਗੇ। ਇਹ ਇਨਡਰਾਈਵ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ, ਉਹ ਬੁੱਕ ਇਹਨਾਂ ਨੇ ਕਰਕੇ ਇਹ ਕਿਸੇ ਸੁਨਸਾਨ ਜਗ੍ਹਾ 'ਚ ਉਹਨੂੰ ਲੈ ਜਾਂਦੇ ਸੀਗੇ ਅਤੇ ਉਦੋਂ ਬਾਅਦ ਫਿਰ ਚਾਕੂ ਦਿਖਾ ਕੇ ਅਤੇ ਉਹਨੂੰ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਅਤੇ ਉਹਨੂੰ ਕਾਰ 'ਚੋਂ ਬਾਹਰ ਕੱਢ ਦਿੰਦੇ ਸੀ ਅਤੇ ਉਹਨੂੰ ਕੈਬ ਨੂੰ ਲੁੱਟ ਕੇ ਲੈ ਜਾਂਦੇ ਸੀ। ਇਹ ਜਿਹੜਾ ਗੈਂਗ ਸੀਗਾ, ਇਹ 4 ਬੰਦਿਆਂ ਦਾ ਗੈਂਗ ਹੈ। ਇਸ ਗੈਂਗ ਦੇ ਵਿੱਚ 4ੋਂ ਬੰਦੇ ਜਿਹੜੇ ਉਹ ਗ੍ਰਿਫਤਾਰ ਹੋ ਗਏ ਨੇ ਅਤੇ ਉਹਦੇ ਨਾਲ ਹੀ ਦੋਨੋਂ ਕੈਬਸ ਜਿਹੜੀਆਂ ਸਨੈਚ ਹੋਈਆਂ ਸੀ ਉਹ ਦੋਨੋਂ ਰਿਕਵਰ ਹੋ ਗਈਆਂ ਨੇ। ਇਕੱਲੀਆਂ ਕੈਬਸ ਦੇ ਨਾਲ ਨਾਲ ਜਿਹੜਾ ਡਰਾਈਵਰ ਕੋਲ ਮੋਬਾਈਲ ਫੋਨ ਜਾਂ ਫਿਰ ਉਹਦੇ ਕੋਲ ਪੈਸੇ ਜਾਂ ਕੋਈ ਵੀ ਕੀਮਤੀ ਸਮਾਨ ਸੀ ਉਹ ਵੀ ਨਾਲ ਖੋ ਕੇ ਲੈ ਕੇ ਜਾਂਦੇ ਸੀਗੇ, ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨ ਸਮੇਤ ਸਾਰਾ ਰਿਕਵਰ ਹੋ ਗਿਆ। ਇਹਦੇ ਵਿੱਚ ਇਹ ਇੱਕ ਸਿਮ ਕਾਰਡ ਜਿਹੜਾ ਸੀਗਾ ਉਹ ਕਿਸੇ ਮਰੇ ਹੋਏ ਇਨਸਾਨ ਦੇ ਨਾਮ 'ਤੇ ਇੱਕ ਸਿਮ ਕਾਰਡ ਜਾਰੀ ਹੋਇਆ ਹੋਇਆ ਸੀਗਾ। ਉਸ ਸਿਮ ਕਾਰਡ ਦੀ ਬਦੌਲਤ ਇਹ ਜਿਹੜੀ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਅਤੇ ਇਹ ਜਿਹੜਾ ਫੋਨ ਜਿਸ ਦੇ ਵਿੱਚ ਇਹ ਸਿਮ ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਬਰਾਮਦ ਕਰ ਲਿਆ ਹੈਗਾ। ਇਹ ਜਿਹੜੇ 4 ਬੰਦੇ ਨੇ, ਇੱਕ ਰੋਹਿਤ ਸ਼ਰਮਾ ਅਤੇ ਇੱਕ ਮਨਪ੍ਰੀਤ ਸਿੰਘ, ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ, ਇਹ ਇਹਨਾਂ 'ਚੋਂ 3 ਜਣੇ ਬਠਿੰਡੇ ਦੇ ਰਹਿਣ ਵਾਲੇ ਨੇ ਅਤੇ 1 ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ। ਇਹਨਾਂ ਸਾਰਿਆਂ ਨੂੰ ਹਰਿਆਣਾ ਅਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ 'ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ ਕਿਸੇ ਦੇ ਕੋਲ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈ ਲੈਂਦੇ ਸੀਗੇ ਅਤੇ ਪੈਸੇ ਨੂੰ ਫਿਰ ਆਪਣੀ ਜਿਹੜੀ ਅਯਾਸ਼ੀ ਵਾਸਤੇ ਇਸਤੇਮਾਲ ਕਰਦੇ ਸੀ। ਸਰ, ਇਸ ਤੋਂ ਇਲਾਵਾ ਇਨਡਰਾਈਵ ਐਪ ਦਾ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ, 2-3 ਮਾਮਲੇ ਆ ਚੁੱਕੇ ਨੇ, ਤੁਹਾਨੂੰ ਯਾਦ ਹੋਊਗਾ ਖਰੜ 'ਚ ਮਾਰ ਦਿੱਤਾ ਸੀਗਾ, ਨਿਊ ਚੰਡੀਗੜ੍ਹ 'ਚ ਮਾਰ ਦਿੱਤਾ ਸੀਗਾ। ਇਨਡਰਾਈਵ ਐਪ ਦਾ ਇਹ ਕੀ ਲੂਪ ਹੋਲ ਹੈਗਾ ਕਿ ਪਤਾ ਨਹੀਂ ਲੱਗ ਪਾਉਂਦਾ ਡਰਾਈਵਰਸ ਨੂੰ, ਪਤਾ ਨਹੀਂ ਲੱਗ ਪਾਉਂਦਾ ਕਿ ਜਿਹੜੇ ਬੈਠ ਰਹੇ ਨੇ ਕਿ ਉਹ ਸਹੀ ਨੇ ਜਾਂ ਨਹੀਂ ਨੇ, ਇਹ ਕੁਝ ਇਸ ਬਾਰੇ ਵੀ ਚੱਕਰ ਨਾ? ਨਹੀਂ, ਸਪੈਸੀਫਿਕਲੀ ਐਪ ਦੇ ਕੋਈ ਰਿਗਾਰਡਿੰਗ ਨਹੀਂ ਹੈ। ਕਿਸੇ ਵੀ ਐਪ ਨਾਲ ਡਰਾਈਵ ਕੈਬ ਬੁੱਕ ਕੀਤੀ ਹੋਈ ਹੈ, ਹੁਣ ਐਪ ਦੇ ਥਰੂ ਕੈਬ ਜਿਹੜੀ ਬੁੱਕ ਹੋ ਗਈ ਹੈ ਉਹ ਕਿਸੇ ਵੀ ਐਪ ਨਾਲ ਹੋ ਸਕਦੀ ਹੈ, ਤਾਂ ਸਪੈਸੀਫਿਕਲੀ ਇਸ ਐਪ ਬਾਰੇ ਆਪਾਂ ਨਹੀਂ ਕਹਿ ਸਕਦੇ। ਹੋਇਆ ਬੰਦੇ ਸੀ ਉਹਦੇ ਨਾਮ 'ਤੇ ਜਿਹੜਾ ਸਿਮ ਕਾਰਡ ਸੀ ਉਹ ਇਸਤੇਮਾਲ ਕਰ ਰਹੇ ਸੀ, ਪਰ ਉਹਦੇ ਬਾਵਜੂਦ ਇਹ ਟਰੇਸ ਹੋ। ਫਿਲਹਾਲ ਤਾਂ ਇਹੀ 2 ਵਾਰਦਾਤਾਂ ਇਹਨਾਂ ਤੋਂ ਸਾਹਮਣੇ ਆਈਆਂ, ਪਰ ਅੱਗੇ ਵੀ ਪੁੱਛਗਿੱਛ ਦੌਰਾਨ ਇਹਨਾਂ ਦੇ ਹੋਰ ਵੀ ਖੁਲਾਸੇ। ਜਿਹੜੇ ਸਿਮ ਕਾਰਡ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਮਰੇ ਹੋਏ ਬੰਦੇ ਦੇ ਨਾਂ ਤੋਂ ਸਿਮ ਕਾਰਡ ਸੀਗੇ, ਕੀ ਉਹ ਟ੍ਰਾਈਸਿਟੀ ਦੇ ਹੀ ਨਿਵਾਸੀ ਸੀ ਜਾਂ ਫਿਰ ਬਠਿੰਡੇ ਦਾ ਹੀ ਰਹਿਣ ਵਾਲਾ ਸੀ? ਤੇ ਫਿਰ ਹੱਲੇ ਵੀ ਜਿੱਦਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਮਰਿਆਂ ਦੇ ਨਾਮਾਂ ਦੇ ਉੱਤੇ ਸਿਮ ਕਾਰਡ ਇਸ਼ੂ ਹੋ ਰਹੇ ਨੇ, ਕੀ ਲੱਗਦਾ ਨਹੀਂ ਕਿ ਇਸ ਲਈ ਵੈਰੀਫਿਕੇਸ਼ਨ ਦੀ ਜ਼ਰੂਰਤ ਕਾਫੀ? ਇਹ ਪਾਰਟ ਜਿਹੜਾ ਹੈਗਾ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ 'ਚ ਕਿ ਪਹਿਲਾਂ ਹੀ ਸਿਮ ਕਾਰਡ ਜਿਹੜਾ ਬੰਦਾ ਉਹਦੇ ਨਾਮ 'ਤੇ ਇਸ਼ੂਡ ਸੀਗਾ ਅਤੇ ਉਹ ਇਹਨਾਂ ਨੇ ਲੈ ਲਿਆ ਜਾਂ ਫਿਰ ਬਾਅਦ 'ਚ ਇਸ਼ੂ ਕਰਾਇਆ, ਅਤੇ ਜੇ 'ਚ ਬਾਅਦ 'ਚ ਇਸ਼ੂ ਕਰਾਇਆ ਤਾਂ ਜਿਹਨੇ ਗਲਤ ਸਿਮ ਕਾਰਡ ਇਸ਼ੂ ਕੀਤਾ ਵਿਦਆਊਟ ਵੈਰੀਫਿਕੇਸ਼ਨ ਉਹਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਏਗੀ।
ਸਿਮ ਕਾਰਡ ਦੇ ਸਾਹਮਣੇ ਬਿਲਕੁਲ ਐਸਵੀ ਸਾਹਿਬ ਇੱਥੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਜਿਹੜੇ ਕੈਬ ਡਰਾਈਵਰਸ ਨੇ ਖਾਸ ਕਰ ਜਿੱਦਾਂ ਨਿਊ ਚੰਡੀਗੜ੍ਹ ਦਾ ਮਾਮਲਾ ਸਾਹਮਣੇ ਆਇਆ ਜਾਂ ਆਹ ਸਨੈਚਿੰਗ ਦੇ ਮਾਮਲੇ ਸਾਹਮਣੇ ਆਏ ਨੇ, ਇਸਦੇ ਵਿੱਚ ਕੈਬ ਡਰਾਈਵਰਸ ਕਾਫੀ ਘਬਰਾਉਂਦੇ ਵੀ ਨੇ ਔਰ ਉਹਨਾਂ ਲਈ ਕਿਸ ਤਰੀਕੇ ਦੇ ਨਾਲ ਖਾਸ ਕਰ ਮੋਹਾਲੀ ਪੁਲਿਸ ਜਿਹੜੇ ਮੋਹਾਲੀ ਦੇ ਰਜਿਸਟਰਡ ਕੈਬ ਡਰਾਈਵਰਸ ਨੇ ਕਿ ਉਹਨਾਂ ਦੀ ਕੋਈ ਲਿਸਟ ਤਿਆਰ ਕਰ ਰਹੀ ਹੈ, ਉਹਨਾਂ ਦੀ ਕੋਈ ਇੱਦਾਂ ਦੀ ਐਪ ਜਾਂ ਫਿਰ ਕੋਈ ਇੱਦਾਂ ਕਿ ਸਿਗਨਲਸ ਇਹੋ ਜਿਹੇ ਹੋਣ ਜਿਹਦੇ ਨਾਲ ਪੁਲਿਸ ਨਾਲ ਜਲਦੀ ਤੋਂ ਜਲਦੀ ਰਾਬਤਾ ਹੋ ਸਕੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ? ਨਹੀਂ, ਇਹਦੇ ਵਿੱਚ ਕੋਈ ਐਸ ਸੱਚ ਫਿਲਹਾਲ ਕੋਈ ਇਹੋ ਜਿਹੀ ਲਿਸਟਿੰਗ ਵਾਲੀ ਪ੍ਰੋਵੀਜ਼ਨ ਤਾਂ ਹੈ ਨਹੀਂ, ਪਰ ਇਹਨੂੰ ਅਸੀਂ ਐਜ਼ ਅ ਸੁਜੈਸ਼ਨ ਲੈ ਕੇ ਇਹ ਚੀਜ਼ ਸ਼ੁਰੂ ਕਰ ਸਕਦੇ ਹਾਂ।